ਸਰ, ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਕਿਸਾਨਾਂ ਦੇ ਅਤੇ ਮਜ਼ਦੂਰਾਂ ਦੇ ਜਿਹੜੇ ਹੱਕ ਸਾਡੇ ਖੋਏ ਜਾ ਰਹੇ ਨੇ, ਸਾਡਾ ਹੁਣ ਦਿੱਲੀ ਵੀ ਧਰਨਾ ਚੱਲ ਰਿਹਾ, ਕਾਫੀ ਸਮੇਂ ਧਰਨਾ ਚੱਲ ਰਿਹਾ, ਸਾਡੇ ਉੱਥੇ ਲਾਠੀ ਚਾਰਜ ਕੀ ਕੁਛ ਕਰ ਰਹੇ ਨੇ। ਠੀਕ ਹੈ ਜੀ, ਅਸੀਂ ਕਹਿੰਦੇ ਵੀ ਜਿਹੜੇ ਕਾਨੂੰਨ ਆ ਜਿਹੜੇ ਬਣਾਏ ਨੇ ਇਹ ਵਾਪਸ ਲੈਣੇ ਚਾਹੀਦੇ ਆ, ਜਿਹੜਾ ਮਜ਼ਦੂਰਾਂ ਦਾ ਬਣਦਾ ਸਾਨੂੰ ਹੱਕ ਦਿੱਤਾ ਜਾਣਾ ਚਾਹੀਦਾ। ਜਿਹੜਾ ਅਸੀਂ ਪਿਛਲੇ ਵਾਰੀ ਵੀ ਜਿਹੜਾ ਅਸੀਂ ਸਾਡੇ ਕਿਸਾਨ ਵੀਰਾਂ ਨੇ ਅਤੇ ਮਜ਼ਦੂਰ ਵੀਰਾਂ ਨੇ ਲਗਾਤਾਰ ਉੱਥੇ ਅਸੀਂ ਹਮਾਇਤ ਕੀਤੀ ਹੈ, ਉੱਥੇ ਸਰਕਾਰ ਨੇ ਸਾਡੇ ਨਾਲ ਬਹੁਤ ਸਾਰੇ ਵਾਅਦੇ ਕੀਤੇ ਸੀਗੇ, MSP ਦਾ ਵਾਅਦਾ, ਕਿਸਾਨਾਂ ਨੇ ਸਾਡੇ ਨਾਲ ਬਹੁਤ ਵਾਅਦੇ ਕੀਤੇ ਆ, ਉੱਥੇ ਰੁਜ਼ਗਾਰ ਦੇਣ ਦਾ ਵਾਅਦਾ, ਨੌਕਰੀਆਂ ਦੇਣ ਦਾ ਵਾਅਦਾ, ਪਰ ਕਿਸਾਨਾਂ ਦੇ ਨਾਲ ਜਿੰਨੇ ਵਾਅਦੇ ਕੀਤੇ ਸੀਗੇ ਇਹ ਮੋਦੀ ਸਰਕਾਰ ਹੈ, ਇਹ ਪਿੱਛੇ ਹਟ ਗਈ ਉਹਦੇ ਤੋਂ, ਅੱਜ ਸਾਨੂੰ ਮਜਬੂਰਨ ਫਿਰ ਇੱਥੇ ਆ ਕੇ ਧਰਨਾ ਲਾਉਣਾ ਪਿਆ। ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮਨਾਉਣ ਲਈ ਗੈਰ ਸਿਆਸੀ ਕਿਸਾਨ ਜਥੇਬੰਦੀਆਂ ਦੇ ਕਿਸਾਨ 13 ਫਰਵਰੀ ਤੋਂ ਦਿੱਲੀ ਵੱਲ ਮਾਰਚ ਕਰ ਰਹੇ ਨੇ। ਇਸ ਦੌਰਾਨ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਪੁਲਿਸ ਨੇ ਕਿਸਾਨਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ। ਇਸ ਦੌਰਾਨ ਉੱਥੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਅਥਰੂ ਗੈਸ ਦੇ ਗੋਲੇ ਅਤੇ ਛਰਿਆਂ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਨੇ, ਜਿਸ ਵਿੱਚ ਕੁਝ ਕਿਸਾਨਾਂ ਦੇ ਜ਼ਖਮੀ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਇਸ ਨੂੰ ਲੈ ਕੇ ਆਪਣਾ ਗੁੱਸਾ ਦਿਖਾ ਰਹੀਆਂ ਨੇ, ਜਿਸ ਕਾਰਨ ਸੰਯੁਕਤ ਕਿਸਾਨ ਮੋਰਚੇ ਵੱਲੋਂ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦਾ ਅਸਰ ਵੱਖ ਵੱਖ ਥਾਵਾਂ 'ਤੇ ਵੇਖਣ ਨੂੰ ਮਿਲਿਆ। ਕਿਸਾਨਾਂ ਵੱਲੋਂ ਸੱਦੇ ਗਏ ਭਾਰਤ ਬੰਦ ਦਾ ਅਸਰ ਪੰਜਾਬ ਵਿੱਚ ਹੀ ਵੇਖਣ ਨੂੰ ਨਹੀਂ ਮਿਲਿਆ। ਇਸ ਦੌਰਾਨ ਪੰਜਾਬ ਦੇ ਬਾਜ਼ਾਰਾਂ ਦੀਆਂ ਸਾਰੀਆਂ ਦੁਕਾਨਾਂ ਬੰਦ ਰਹੀਆਂ। ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਨੇ ਮਲੋਟ ਬਠਿੰਡਾ ਹਾਈਵੇ ਉੱਪਰ ਜਾਮ ਕਰਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਿਸਾਨਾਂ ਵੱਲੋਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਮਲੋਟ ਬਠਿੰਡਾ ਹਾਈਵੇ ਚੌਂਕ ਤੋਂ ਲੈ ਕੇ ਮੁਕਤਸਰ ਸਾਹਿਬ ਨੂੰ ਜਾਂਦੀ ਸੜਕ ਤੱਕ ਟਰੱਕਾਂ ਦੀ ਲੰਬੀ ਲਾਈਨ ਲੱਗ ਗਈ। ਇਸ ਮੌਕੇ ਕਿਸਾਨ ਆਗੂ ਦਤਾਰ ਸਿੰਘ ਨੇ ਕਿਹਾ ਕਿ ਕਿਸਾਨ ਫਸਲਾਂ 'ਤੇ ਘੱਟੋ ਘੱਟ ਮੁੱਲ ਕਾਨੂੰਨ ਲਾਗੂ ਕਰਨ ਲਈ, ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਖਿਲਾਫ਼ ਕਾਨੂੰਨੀ ਕਾਰਵਾਈ ਲਈ ਅਤੇ ਹੋਰ ਕਈ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਮਾਰਚ ਕਰ ਰਹੇ ਨੇ। ਇਸ ਦੌਰਾਨ ਪੁਲਿਸ ਨੇ ਸ਼ੰਭੂ ਸਰਹੱਦ 'ਤੇ ਕਿਸਾਨਾਂ ਨੂੰ ਰਸਤੇ 'ਚ ਰੋਕ ਲਿਆ ਅਤੇ ਉਹਨਾਂ 'ਤੇ ਅਥਰੂ ਗੈਸ ਦੇ ਗੋਲੇ ਛੱਡੇ ਅਤੇ ਛਰੇ ਦੀਆਂ ਗੋਲੀਆਂ ਦਾਗੀਆਂ। ਉਹਨਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਲੋਕਤੰਤਰ ਦਾ ਰਾਜ ਹੈ ਅਤੇ ਹਰ ਕੋਈ ਆਪਣੇ ਅਧਿਕਾਰਾਂ ਦੀ ਮੰਗ ਲਈ ਵਿਰੋਧ ਪ੍ਰਦਰਸ਼ਨ ਕਰ ਸਕਦਾ। ਇਸ ਲਈ ਜੇਕਰ ਕਿਸਾਨ ਕੇਂਦਰ ਵਿੱਚ ਆਪਣੀ ਆਵਾਜ਼ ਉਠਾਉਣ ਲਈ ਦਿੱਲੀ ਵਿੱਚ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਨੇ ਤਾਂ ਲੋਕਾਂ ਨੂੰ ਰਸਤੇ ਵਿੱਚ ਰੋਕ ਕੇ ਉਹਨਾਂ 'ਤੇ ਅਜਿਹੇ ਅੱਤਿਆਚਾਰ ਕਰਨਾ ਜਾਇਜ਼ ਨਹੀਂ ਹੈ। ਇਸ ਤੋਂ ਇਲਾਵਾ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਪੰਜਾਬ ਸਰਕਾਰ ਵੀ ਉਹਨਾਂ ਦੀਆਂ ਮੰਗਾਂ ਨੂੰ ਨਹੀਂ ਮੰਨ ਰਹੀ, ਜਿਸ ਕਾਰਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦੇ ਸੱਦੇ 'ਤੇ ਕੇਂਦਰ ਸਰਕਾਰ ਦੇ ਨਾਲ ਨਾਲ ਪੰਜਾਬ ਸਰਕਾਰ ਖਿਲਾਫ਼ ਵੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਰਾਸ਼ਟਰੀ ਸਾਂਤਰ ਕਿਸਾਨ ਸੰਗਠਨ ਯੂਥ ਪ੍ਰਦੇਸ਼ ਪ੍ਰਧਾਨ ਗੁਰਨਾਮ ਸੰਧੂ, ਪੰਜਾਬ ਮਾਲਵਾ ਪ੍ਰਚਾਰ ਮੰਤਰੀ ਨਿਤਿਸ਼ ਮੁਤਨੇਜ਼, ਮਲੋਟ ਬਲਾਕ ਪ੍ਰਧਾਨ ਦਤਾਰ ਸਿੰਘ ਕਵਰਵਾਲਾ, ਮਹਾਂਮੰਤਰੀ ਜੋਗਿੰਦਰ ਸਿੰਘ, ਧਰਮਿੰਦਰ ਸਿੰਘ, ਮੈਂਬਰ ਮਹਿਲਾ ਮੋਰਚਾ ਧਰਮਪਾਲ ਕੌਰ, ਵਾਈਸ ਪ੍ਰਧਾਨ ਸੰਦੀਪ ਕੌਰ, ਸਾਰਿਆਂ ਨੇ ਰੋਸ ਜ਼ਾਹਿਰ ਕੀਤਾ। ਹਾਂਜੀ ਪ੍ਰਧਾਨ ਜੀ, ਜੋ ਅੱਜ ਭਾਰਤ ਬੰਦ ਦੀ ਕਾਲ ਸੀ ਉਹਦੇ ਵਿੱਚ ਵੱਖ ਵੱਖ ਜਥੇਬੰਦੀਆਂ ਵੱਲੋਂ ਜਦੋਂ ਮਲੋਟ ਦਾ 19 ਚੌਂਕਾਂ ਨੂੰ ਜਾਮ ਕੀਤਾ ਗਿਆ, ਤੁਸੀਂ ਹਮਾਇਤ ਲਈ ਪਹੁੰਚੋ, ਕੀ ਕਹਿਣਾ ਚਾਹੋ? ਸਰ, ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਕਿਸਾਨਾਂ ਦੇ ਅਤੇ ਮਜ਼ਦੂਰਾਂ ਦੇ ਜਿਹੜੇ ਹੱਕ ਸਾਡੇ ਖੋਏ ਜਾ ਰਹੇ ਨੇ, ਸਾਡਾ ਹੁਣ ਦਿੱਲੀ ਵੀ ਧਰਨਾ ਚੱਲ ਰਿਹਾ, ਕਾਫੀ ਸਮੇਂ ਧਰਨਾ ਚੱਲ ਰਿਹਾ, ਸਾਡੇ ਉੱਥੇ ਲਾਠੀ ਚਾਰਜ ਕੀ ਕੁਛ ਕਰ ਰਹੇ ਨੇ। ਠੀਕ ਹੈ ਜੀ, ਅਸੀਂ ਕਹਿੰਦੇ ਵੀ ਜਿਹੜੇ ਕਾਨੂੰਨ ਆ ਜਿਹੜੇ ਬਣਾਏ ਨੇ ਇਹ ਵਾਪਸ ਲੈਣੇ ਚਾਹੀਦੇ ਆ, ਜਿਹੜਾ ਮਜ਼ਦੂਰਾਂ ਦਾ ਬਣਦਾ ਸਾਨੂੰ ਹੱਕ ਦਿੱਤਾ ਜਾਣਾ ਚਾਹੀਦਾ। ਜੇ ਗੱਲ ਕਰੀਏ ਹਰਿਆਣਾ ਸਰਕਾਰ ਵੱਲੋਂ ਜਿਹੜਾ ਕਿਸਾਨਾਂ ਤੇ ਤਸ਼ੱਦਦ ਕੀਤਾ ਗਿਆ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਮਾੜੀ ਸ਼ਬਦ ਬੋਲਦੇ ਜੀ ਅਸੀਂ ਵੀ, ਬਹੁਤ ਨਿੰਦਿਆ ਸ਼ਬਦ ਹੈ ਜੀ ਉਹ, ਵੀ ਕਹਿ ਨਹੀਂ ਸਕਦੇ, ਇੰਨਾ ਅੱਤਿਆਚਾਰ ਕਰ ਰਹੇ ਆ ਵੀ ਕਈਆਂ ਦੀਆਂ ਅੱਖਾਂ ਵੀ ਖਰਾਬ ਹੋ ਚੁੱਕੀਆਂ ਜੀ, ਵੀ ਕਈਆਂ ਦੇ ਇਸ ਤਰ੍ਹਾਂ ਵੀ ਗੋਲੇ ਭਰਾ ਰਹੇ ਨੇ, ਕਈ ਵਿਚਾਰੇ ਇੰਨੇ ਕੀ ਜ਼ਖਮੀ ਹੋ ਚੁੱਕੇ ਆ, ਵੀ ਉਹਨਾਂ ਦੇ ਇੰਨੀ ਮਾੜੀ ਇੰਨੀ ਸਰਕਾਰ, ਅਸੀਂ ਕਹਿਣਾ ਨਹੀਂ ਚਾਹੁੰਦੇ ਵੀ ਉਹਨੇ ਸੀਗਾ ਵੀ ਇੰਨਾ ਧੱਕਾ ਜਿਹਾ ਕਰ ਰਹੇ ਸਾਡੇ ਨਾਲ। ਜੇ ਗੱਲ ਕਰੀਏ ਅੱਗੇ ਲੋਕ ਸਭਾ ਦੇ ਇਲੈਕਸ਼ਨ ਵੀ ਆ ਰਹੇ ਆ, ਤੇ ਉਸ ਨੂੰ ਮਜ਼ਦੂਰ ਤੇ ਕਿਸਾਨ ਵਰਗ ਕਿਵੇਂ ਦੇਖਣਗੇ ਉਸ ਇਲੈਕਸ਼ਨ ਨੂੰ?
ਉਹਨੂੰ ਨੂੰ ਜੀ ਅਸੀਂ ਮਜ਼ਦੂਰ ਜਿਹੜੇ ਕਿਸਾਨ ਹੈ ਅਸੀਂ ਹੁਣ ਜਿਹੜੇ ਇਲੈਕਸ਼ਨ ਆ ਰਹੇ ਆ ਇਲੈਕਸ਼ਨਾਂ 'ਚ ਅਸੀਂ ਬਾਈਕਾਟ ਕਰਾਂਗੇ ਜੀ। ਤੇ ਜਿਹੜੀ ਪੰਜਾਬ ਸਰਕਾਰ ਆ ਉਹ ਤਾਂ ਕਹਿ ਰਹੀ ਅਸੀਂ ਮਜ਼ਦੂਰਾਂ ਦੇ ਤੇ ਕਿਸਾਨਾਂ ਦੇ ਨਾਲ ਆ ਜੀ, ਉਹਨੂੰ ਕਿਵੇਂ ਦੇਖਦੇ ਹੋ? ਕੁਛ ਨਹੀਂ ਜੀ, ਇਹ ਗੋਲੀਆਂ ਪਾ ਰਹੇ ਆ, ਕੋਈ ਨਾਲ ਨਹੀਂ ਆ। ਗੋਲੀਆਂ ਵੰਡੇ, ਗੋਲੀਆਂ ਦਾ ਮਤਲਬ ਇਹ ਹੋ ਗਿਆ ਵੀ ਨਾਲ ਸਾਡੇ ਹੁੰਦੇ ਤਾਂ ਅਸੀਂ ਧਰਨੇ ਲਾਉਂਦੇ ਜੀ। ਮੰਗਾਂ ਕਿਹੜੀਆਂ ਥੋੜੀਆਂ ਜਿਹੜੀਆਂ ਕੇਂਦਰ ਸਰਕਾਰ ਨਹੀਂ ਮੰਗ ਰਹੀ? ਵੀ ਜਿਹੜਾ ਇੱਕ ਹੈਗਾ ਡਰਾਈਵਰਾਂ ਦਾ ਕਾਨੂੰਨ ਬਣਾਇਆ ਇਹਨਾਂ ਨੇ, ਇੱਕ MSC ਠੀਕ ਆ, ਇੱਕ ਹੋਰ ਕਈ ਕਾਨੂੰਨ ਇਹਨਾਂ ਬਣਾਏ ਆ ਜੀ, ਵੀ ਜਿਹੜੇ ਉਹਨਾਂ ਕੇ ਮਜ਼ਦੂਰਾਂ ਦੇ ਕਿਸਾਨਾਂ ਦੇ ਜਿਹੜਾ ਧੱਕਾ ਸ਼ਰਮ ਹੋ ਰਿਹਾ ਵੀ ਜਿਹੜੇ ਮਜ਼ਦੂਰਾਂ ਨੂੰ ਸਹੀ ਦਿਹਾੜੀ ਨਹੀਂ ਮਿਲ ਰਹੀ ਜਾਂ ਨਹੀਂ ਸੀ ਸ਼ਰਮ ਨਹੀਂ ਸੀਗਾ, ਕਾਨੂੰਨ ਦੀਆਂ ਧੱਜੀਆਂ ਡਾ ਰਹੇ ਨੇ। ਜੇ ਗੱਲ ਕਰੀਏ ਜੀ ਇੱਕ ਮਜ਼ਦੂਰਾਂ ਤੇ ਕਿਸਾਨਾਂ ਦੀ ਸਾਂਝੀ ਉਹ ਮੰਗ ਸੀ ਜਿਹੜੀ ਅਗਨੀਵੀਰ ਯੋਜਨਾ ਲੈ ਕੇ ਆਉਂਦੀ, ਉਹਦੇ ਵਿੱਚ ਜਿਹੜੇ ਜਿਹੜੇ ਸਾਡੇ ਸੈਨਿਕ ਸੀਗੇ ਉਹ ਸ਼ਹੀਦ ਹੋਏ ਆ, ਉਹਨਾਂ ਨੂੰ ਸਰਕਾਰ ਵੱਲੋਂ ਜਿਹੜਾ ਮਨ ਦਾ ਮਾਨ ਸਨਮਾਨ ਆ ਜਿਹੜਾ ਕੇਂਦਰ ਸਰਕਾਰ ਨੂੰ ਉਹ ਨਹੀਂ ਦਿੱਤਾ ਜਾ ਰਿਹਾ, ਉਹ ਵੀ ਇਹਦੇ ਮੰਗ ਇਹਦੇ ਵਿੱਚ ਕੋਈ ਰੱਖੀ ਗਈ? ਹਾਂਜੀ। ਚਲੋ ਜੀ ਹਾਂਜੀ ਸਰ ਜੀ, ਅੱਜ ਤੁਸੀਂ ਮਤਲਬ ਹਮਾਇਤ ਦੇ ਰਹੇ ਹੋ ਇੱਥੇ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਬੰਦ ਦਾ ਸੱਦਾ ਦਿੱਤਾ, ਜਾਂ ਕੱਲ ਰੇਲਾਂ ਰੋਕੀਆਂ ਗਈਆਂ, ਜਾਂ ਉੱਥੇ ਟੋਲ ਪਲਾਜ਼ੇ ਬੰਦ ਕੀਤੇ ਗਏ, ਤੁਸੀਂ ਇਹਦੀ ਹਮਾਇਤ ਇੱਥੇ ਕਰ ਰਹੇ ਹੋ, ਇਹਦਾ ਕੀ ਕਾਰਨ ਹੈ ਵੀ ਕਾਹਦੇ ਵਾਸਤੇ ਹਮਾਇਤ ਕਰ ਰਹੇ ਹੋ, ਕੀ ਇਹਨਾਂ ਦਾ ਏਜੰਡਾ ਕੀ ਹੈ? ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਤੁਸੀਂ ਸਾਡੇ ਵੀਰ ਤੜਕੋਂ, ਭਾਵੇਂ ਮੇਰਾ ਗਲਾ ਖਰਾਬ ਹੈ, ਤੁਸੀਂ ਪ੍ਰੈਸ ਵਾਲੇ ਪਹੁੰਚੋ, ਮੈਂ ਤੁਹਾਡਾ ਸਭ ਦਾ ਬੜਾ ਤੁਹਾਨੂੰ ਜੀ ਆਇਆ ਆਖਦਾ ਤੇ ਤੁਹਾਡਾ ਬੜਾ ਸਤਿਕਾਰ ਕਰਦੇ ਹਾਂ। ਕੁਝ ਇੰਨੇ ਚੈਨਲਾਂ ਵਾਲੇ ਆ ਜਿਹੜੇ ਇਹਨਾਂ ਦੇ ਖਰੀਦੇ ਹੋਏ ਆ ਉਹ ਇੱਥੇ ਪਹੁੰਚਦੇ ਨਹੀਂ, ਸਭ ਤੁਹਾਡਾ ਲਈ ਮੈਂ ਇੱਕ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਬਾਕੀ ਦਾ ਵੇਟ ਕਰਦੇ ਹੀ ਰਹਿਣਾ, ਤੁਹਾਡੇ ਲਈ ਇੱਕ ਜ਼ੋਰਦਾਰ ਨਾਰਾ ਮੈਂ ਕਹੂੰਗਾ ਮੇਰੀ ਸੰਗਤ ਨੂੰ, ਸਾਡੀ ਪ੍ਰੈਸ ਦੇ ਲਈ ਬੋਲਿਓ, ਸਾਡੀ ਪ੍ਰੈਸ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਹੁਣ ਤੁਹਾਡਾ ਸਵਾਲ ਆ ਕੰਟੀਨਿਊ, ਜੋ ਵੀ ਤੁਸੀਂ ਕਰਨਾ ਹੈ। ਜਿਹੜਾ ਅਸੀਂ ਪਿਛਲੇ ਵਾਰੀ ਵੀ ਜਿਹੜਾ ਅਸੀਂ ਸਾਡੇ ਕਿਸਾਨ ਵੀਰਾਂ ਨੇ ਤੇ ਮਜ਼ਦੂਰ ਵੀਰਾਂ ਨੇ ਲਗਾਤਾਰ ਉੱਥੇ ਅਸੀਂ ਹਮਾਇਤ ਕੀਤੀ ਹੈ, ਉੱਥੇ ਸਰਕਾਰ ਨੇ ਸਾਡੇ ਨਾਲ ਬਹੁਤ ਸਾਰੇ ਵਾਅਦੇ ਕੀਤੇ ਸੀਗੇ, MSP ਦਾ ਵਾਅਦਾ, ਕਿਸਾਨਾਂ ਨੇ ਸਾਡੇ ਨਾਲ ਬਹੁਤ ਵਾਅਦੇ ਕੀਤੇ ਆ, ਉੱਥੇ ਰੁਜ਼ਗਾਰ ਦੇਣ ਦਾ ਵਾਅਦਾ, ਨੌਕਰੀਆਂ ਦੇਣ ਦਾ ਵਾਅਦਾ, ਪਰ ਕਿਸਾਨਾਂ ਦੇ ਨਾਲ ਜਿੰਨੇ ਵਾਅਦੇ ਕੀਤੇ ਸੀਗੇ ਇਹ ਮੋਦੀ ਸਰਕਾਰ ਹੈ ਇਹ ਪਿੱਛੇ ਹਟ ਗਈ ਉਹਦੇ ਤੋਂ। ਅੱਜ ਸਾਨੂੰ ਮਜਬੂਰਨ ਫਿਰ ਇੱਥੇ ਆ ਕੇ ਧਰਨਾ ਲਾਉਣਾ ਪਿਆ, ਸਾਡੀ IFTU ਟ੍ਰੇਡ ਯੂਨੀਅਨ, ਪੰਜਾਬੀ ਦੇ ਵਿੱਚ ਮੈਂ ਕਹਾਂ ਤਾਂ ਮਿਸਤਰੀ ਮਜ਼ਦੂਰ ਯੂਨੀਅਨ, ਮਲੋਟ ਦੇ ਵਿੱਚੋਂ ਸਾਡੇ ਪ੍ਰਧਾਨ ਜੀ ਨੇ ਇੱਥੇ ਪਹੁੰਚਣਾ ਸੀ, ਕੱਲ ਸ਼ਾਮ ਨੂੰ ਉਹਨਾਂ ਦਾ ਅਚਾਨਕ ਐਕਸੀਡੈਂਟ ਹੋ ਗਿਆ, ਦਾਸ ਦੀ ਡਿਊਟੀ ਲੱਗੀ ਹੈ, ਮੈਂ ਉਹਨਾਂ ਦੇ ਲਈ ਉਹਨਾਂ ਤਾਂ ਨਹੀਂ ਕਰ ਸਕਦਾ, ਪਰ ਜਿੰਨਾ ਵੀ ਸਾਨੂੰ ਉਧਰੋਂ ਆਰਡਰ ਆ ਰਿਹਾ ਅਸੀਂ ਪੂਰੀ ਇਸ ਜਥੇਬੰਦੀ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਹਾਂ, ਜਦੋਂ ਵੀ ਸਾਨੂੰ ਕਿਸਾਨਾਂ ਦਾ ਹੁਕਮ ਹੋਊਗਾ ਅਸੀਂ ਪੈਰ ਜੁੱਤੀ ਨਹੀਂ ਪਾਉਣੀ, ਅਸੀਂ ਉਦੋਂ ਦਿੱਲੀ ਦੇ ਉੱਥੇ ਬਾਰਡਰਾਂ ਦੇ ਹੋਵਾਂਗੇ। ਅਸੀਂ ਪਿਛਲੇ 2-3 ਦਿਨਾਂ ਤੋਂ ਦੇਖ ਰਹੇ ਹਾਂ ਤੇ ਇੱਕ ਪਾਸੇ ਸਾਡਾ ਜਵਾਨ ਹੈ, ਇੱਕ ਪਾਸੇ ਸਾਡਾ ਕਿਸਾਨ ਹੈ, ਉੱਥੇ 150 ਦੇ ਸਾਡੇ ਨੌਜਵਾਨ ਆ ਜਿਹੜੇ ਉਹ ਇੰਜਰਡ ਹੋਏ ਆ, ਇਦੋਂ ਸ਼ਰਮ ਦੀ ਗੱਲ ਹੋਰ ਕੀ ਹੋ ਸਕਦੀ ਹੈ, ਇਹ ਖੱਟਰ ਸਰਕਾਰ ਵਾਸਤੇ ਤੇ ਇਹ ਨਾਲ ਪੰਜਾਬ ਸਰਕਾਰ ਵਾਸਤੇ ਵੀ। ਉੱਥੋਂ 2 ਕਿਲੋਮੀਟਰ ਉਰਲੇ ਪਾਸੇ ਪੰਜਾਬ ਦਾ ਏਰੀਆ ਪੈਂਦਾ ਜਿੱਥੋਂ ਕੱਲ ਨੈੱਟ ਬੰਦ ਰਿਹਾ, ਇਹ ਸਾਰੀਆਂ ਜਿਹੜੀਆਂ ਸਰਕਾਰਾਂ ਇਹ ਰਲੀਆਂ ਮਿਲੀਆਂ, ਵਿੱਚੇ ਪੰਜਾਬ ਦੀ ਸਰਕਾਰ ਹੈ, ਵਿੱਚ ਇਹ ਜਿੰਨੀਆਂ ਇਹ ਸਭ ਮੋਦੀ ਦੇ 2-3 ਜਿਹੜੇ ਕਾਰਪੋਰੇਟ ਘਰਾਣੇ ਆ, ਅਬਾਨੀ ਅਡਾਨੀ, ਇਹ ਉਹਨਾਂ ਨੂੰ ਆਪਦਾ ਨਿੱਜੀ ਫਾਇਦਾ ਪਹੁੰਚਾਉਣਾ ਚਾਹੁੰਦੇ ਆ। ਜੇ ਗੱਲ ਕਰੀਏ ਭਗਵੰਤ ਮਾਨ ਨੇ ਤਾਂ ਕਿਹਾ ਵੀ ਮੈਂ ਮਜ਼ਦੂਰਾਂ ਤੇ ਕਿਸਾਨਾਂ ਦੇ ਨਾਲ ਆ ਜੀ, ਉਹ ਬਾਈ ਜੀ ਸਿਰਫ ਉਹਨਾਂ ਦੇ ਜਿਹੜੇ ਕੰਮ ਹੈ ਨਾ ਉਹ ਸਿਰਫ ਇੱਕ ਲਿਫਾਫੇਬਾਜ਼ੀ ਆ, ਇਕੱਲਾ ਬਿਆਨ ਹੈ, ਕਿੱਥੇ ਆਪਾਂ ਦੇਖੀਏ ਉਸ ਤੋਂ ਕਿਲੋਮੀਟਰ ਉਰਲੇ ਪਾਸੇ ਦਾ ਪੰਜਾਬ ਦਾ ਏਰੀਆ ਹੈ। ਜਿਹੜਾ ਹਰਿਆਣੇ ਦਾ ਡਰੋਨ ਹੈ ਉਹ ਪੰਜਾਬ 'ਚ ਕਿਵੇਂ ਆ ਰਿਹਾ? ਸਾਡੇ ਤਾਂ ਉੱਥੇ ਇੰਜਰ ਕਰਤੇ ਇਹਨਾਂ ਨੇ, ਮੁੰਡਿਆਂ ਦਾ ਕੀ ਹਾਲ ਹੈ? ਸਾਡੇ ਨੌਜਵਾਨ ਸਾਡੇ ਤਾਂ ਪ੍ਰੈਸ ਦੇ ਉੱਤੇ ਹਮਲਾ ਕਰ ਰਿਹਾ। ਮੈਂ ਤਾਂ ਤੁਹਾਨੂੰ ਦਾਤ ਦਿੰਦਾ ਫਿਰ ਉਸੇ ਗੱਲ ਤੇ ਆਉਣਾ ਕਿ ਵੀਰੋ ਤੁਸੀਂ ਹੋ ਜਿਹੜੇ ਆ ਮੈਨੂੰ 5-7 ਦੇਖ ਰਹੇ ਹੋ, ਬਾਕੀ ਤਾਂ ਇਹਨਾਂ ਨੇ ਪ੍ਰੈਸ ਦੇ ਉੱਤੇ ਹਮਲਾ ਕੀਤਾ ਹੋਇਆ, ਪ੍ਰੈਸ ਵੀ ਸਾਡੀ ਬੰਦੀ ਬਣਾਈ ਹੋਈ ਹੈ, ਸੈਂਟਰ ਨੇ ਵੀ ਉੱਤੇ ਬੰਦੀ ਬਣਾਈ ਹੈ, ਪੰਜਾਬ ਸਰਕਾਰ ਨੇ ਬੰਦੀ ਬਣਾਈ ਹੈ, ਤੁਹਾਡੇ ਬਹੁਤ ਸਾਰੇ ਚੈਨਲ ਬੰਦ ਕੀਤੇ ਇਹਨਾਂ ਨੇ। ਭਗਵੰਤ ਮਾਨ ਨੇ ਕਿਸੇ ਤੁਸੀਂ ਉਹਦੇ ਬਿਆਨ ਨੂੰ ਸੀਰੀਅਸ ਨਾ ਲਿਆ ਕਰੋ, ਉਹਨੇ ਤਾਂ ਬਹੁਤ ਕੁਝ ਕਿਹਾ ਸੀ, ਆ ਇੰਨੀਆਂ ਭੈਣਾਂ ਆਈਆਂ, ਮੈਨੂੰ ਦੱਸਿਓ ਤੁਸੀਂ ਕਿਸੇ ਦੇ
15 ਲੱਖ ਆਇਆ ਤੁਹਾਡੇ ਖਾਤੇ ਚ ਕਿਸੇ ਦੇ? ਮੋਦੀ ਸਰਕਾਰ ਨੇ ਤੇ ਆ ਜਿਹੜਾ ਹਜ਼ਾਰ ਰੁਪਇਆ ਦਿੱਤਾ ਕਿਹਾ ਸੀ ਤੁਹਾਨੂੰ ਆਇਆ ਕਿਸੇ ਦੇ? ਕਿੰਨਿਆਂ ਕੁ ਨੂੰ ਨੌਕਰੀਆਂ ਮਿਲੀਆਂ, ਕਿੰਨਿਆਂ ਦੇ ਮੁੰਡੇ ਐਸਡੀਐਮ ਲੱਗੇ ਆ? ਵੀਰੋ ਇਹਨਾਂ ਦੇ ਬਿਆਨਾਂ ਨੂੰ ਸੀਰੀਅਸ ਨਾ ਲਿਆ ਕਰੋ। ਇਹ ਜਦੋਂ ਵੀ ਆਉਂਦੇ ਆ ਇਹ ਸਿਰਫ ਵੋਟਾਂ ਬਟੋਰਨ ਵਾਸਤੇ ਆਉਂਦੇ ਆ। ਜੇ ਉਹ ਐਡਾ ਹੀ ਸੀਰੀਅਸ ਹੁੰਦੇ ਅੱਜ ਸਾਡਾ ਕਿਸਾਨ ਇੱਥੇ ਬੈਠਾ ਹੁੰਦਾ? ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਤੇ ਇਹਨਾਂ ਦੀਆਂ ਹੀ ਮਾਰਾਂ। ਅਸੀਂ ਜੀ ਕਿਸੇ ਦਾ ਸੱਦਾ ਨੀ ਉਡੀਕ ਰਹੇ, ਸਾਨੂੰ ਸਾਡੀ ਹਾਈ ਕਮਾਂਡ ਦਾ ਫੁੱਲ ਆਫਰ ਆ ਉੱਪਰੋਂ। ਅਸੀਂ ਇੱਥੇ ਅੱਜ ਵੀ ਇਸੇ ਸਮਰਥਨ ਦੇ ਵਿੱਚ ਆਏ ਹਾਂ। ਅਸੀਂ ਪਿਛਲੇ ਸਮੇਂ ਦੇ ਦਰਮਿਆਨ ਵੀ, ਮੈਂ ਵੀ, ਮੇਰਾ ਛੋਟਾ ਭਰਾ ਵੀ, ਅਸੀਂ ਉੱਥੇ 12 ਦਿਨ ਲਾ ਕੇ ਆਏ ਹਾਂ। ਕੋਈ ਇਹ ਸਾਡਾ ਨਿੱਜੀ ਨਹੀਂ ਹੈ, ਇਹ ਸਾਡੀ ਹੋਂਦ ਦੀ ਲੜਾਈ ਹੈ। ਇਹਨਾਂ ਨੇ ਅਸੀਂ ਉੱਥੇ ਸਾਡਾ ਫੁੱਲ ਪੂਰੀ ਟ੍ਰੇਡ ਯੂਨੀਅਨ ਦਾ ਇਹਨਾਂ ਨੂੰ ਸਮਰਥਨ ਹੈ। ਜਿੱਥੇ ਇਹਨਾਂ ਦਾ ਹੁਕਮ ਹੋਊਗਾ, ਜਿੱਥੇ ਸਾਡੀ ਡਿਊਟੀ ਲਾਉਣਗੇ। ਅੱਜ ਅਸੀਂ ਹੁਣ ਇਸ ਤੋਂ ਪਹਿਲਾਂ ਵੀ ਆਹ ਮੇਰੇ ਤੁਹਾਨੂੰ ਮੀਡੀਆ ਦੇ ਨੂੰ ਮੈਂ ਦਿਖਾ ਵੀ ਸਕਦਾ ਕਿ ਅਸੀਂ ਹੁਣਾਂ ਹੀ ਪਹਿਲਾਂ ਇੱਕ ਨਰਿੰਦਰ ਮੋਦੀ ਜੀ ਦੇ ਇਹਦੇ ਖਿਲਾਫ ਜਿੰਨਾ ਵੀ ਅਸੀਂ ਹੈ ਇਹਨਾਂ ਨੂੰ ਅਸੀਂ 4 ਜਿਹੜੇ ਆ ਮੰਗ ਪੱਤਰ ਇਹਦੇ ਰਾਹੀਂ ਅਸੀਂ ਹੁਣੇ ਹੀ ਐਸਡੀਐਮ ਸਾਹਿਬ ਨੂੰ ਦੇ ਕੇ ਆਏ ਹਾਂ ਵੀ ਜਿੰਨੇ ਕਿਸਾਨਾਂ ਦੇ ਉੱਤੇ ਝੂਠੇ ਪਰਚੇ ਆ ਉਹ ਰੱਦ ਕੀਤੇ ਜਾਣ। ਇਹ ਅਸੀਂ ਹੁਣੇ ਉਹਨਾਂ ਨੂੰ ਦੇ ਕੇ ਆਏ ਹਾਂ। ਇਹਨਾਂ ਦੀਆਂ ਜਿਹੜੀਆਂ ਮੰਗਾਂ ਕਿਸਾਨਾਂ ਦੀਆਂ ਉਹ ਤੁਰੰਤ ਲਾਗੂ ਕੀਤੀਆਂ ਜਾਣ। ਇਹਨਾਂ ਦੀ ਜਿਹੜੀ MSP ਆ ਉਹ ਯਕੀਨੀ ਬਣਾਈ ਜਾਵੇ। ਅਸੀਂ ਸੁਣਦੇ ਰਹੇ ਹਾਂ ਕਿ ਉਹ ਬੀਬੀ ਭਾਵੇਂ ਇੱਕ ਸਿਰਫ ਲੇਡੀਜ਼ ਹੋਣ ਦੇ ਨਾਂ ਤੇ ਅਸੀਂ ਉਹਦੀ ਮਰਿਆਦਾ 'ਚ ਰਹਿ ਕੇ ਗੱਲ ਕਰਨੀ ਸਮਝਾਂਗੇ। ਉਹ ਕਹਿੰਦੀ ਹੁੰਦੀ ਸੀ ਮੈਂ 5 ਮਿੰਟਾਂ 'ਚ MSP ਦੇਊਂ। ਕਿੱਥੇ ਅੱਜ ਉਹਨਾਂ ਦੇ ਬਿਆਨ? ਕਿਸੇ ਲੀਡਰ ਦਾ ਬਿਆਨ ਆਇਆ? ਸਾਰੇ ਅੰਦਰ ਬੜੇ ਬੈਠੇ ਆ। ਇਸ ਲਈ ਵੀਰੋ ਇਹਨਾਂ ਤੋਂ ਬਚਣ ਦੀ ਲੋੜ ਹੈ। ਅਸੀਂ ਤਾਂ ਇਹ ਕਹਾਂਗੇ ਵੀ ਜਦੋਂ ਇਹ ਪਿੰਡਾਂ ਦੇ ਵਿੱਚ ਆਉਣ ਇਹਨਾਂ ਨੂੰ ਸਵਾਲ ਜ਼ਰੂਰ ਪੁੱਛਿਆ ਕਰੋ, ਸ਼ਾਂਤਮਈ ਤਰੀਕੇ ਦੇ ਨਾਲ। ਅੱਜ ਵੀ ਮੈਂ ਤੁਹਾਡੇ ਚੈਨਲ ਦੇ ਰਾਹੀਂ ਅਪੀਲ ਕਰੂੰਗਾ, ਜਿੰਨੇ ਨੌਜਵਾਨ ਵੀਰ ਸਾਡੇ ਇੱਥੇ ਆਏ ਆ ਜਾਪਤੇ 'ਚ ਰਹਿ ਗਏ, ਸ਼ਾਂਤਮਈ ਤਰੀਕੇ ਦੇ ਨਾਲ ਇਹਨਾਂ ਨੇ ਜੋ ਤੁਹਾਡੇ ਤੇ ਜ਼ੁਲਮ ਕਰਨਾ ਉਹਦਾ ਟਾਕਰਾ ਜਿਹੜਾ ਸਬਰ ਦੇ ਨਾਲ ਕਰਨਾ। ਇਹ ਸਾਡੇ ਗੁਰੂਆਂ ਪੀਰਾਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਹੈ। ਮੰਨੂ ਸਾਡੀ ਦਾਤਰੀ, ਅਸੀਂ ਮੰਨੂਗੇ ਸੋਏ, ਜਿਉਂ ਜਿਉਂ ਸਾਨੂੰ ਵੱਢ ਦੀ ਅਸੀਂ ਦੂਣ ਸਵਾਏ ਹੋਏ। ਆਪਾਂ ਹੁਣ ਲੇਟ ਤਾਂ ਨਹੀਂ ਹੋ ਗਏ ਕਿਉਂਕਿ ਉੱਥੋਂ ਦਾ ਇਲੈਕਸ਼ਨ ਆ